ਮੈਂ ਤਾਂ ਜੀ ਬਹੁਤ ਸੱਚੇ ਪਾਤਸ਼ਾਹ ਦਾ ਮਿਹਰ ਹੈ, ਕਰਮ ਹੈ ਉਹਨਾਂ ਦਾ ਕਿ ਗੁਰੂ ਹਰ ਸਾਹਿਬ ਦੇ ਵਿੱਚ ਅੱਜ ਇੰਨੀ ਭਾਰੀ ਜਨਤਾ ਇੱਥੇ, ਇੰਨੇ ਮੇਰੇ ਖਿਆਲ ਹਜ਼ਾਰਾਂ ਹੈ, ਕੋਈ ਗਿਣਤੀ ਅੱਜ ਰਹੀ ਨਹੀਂ ਗਈ ਕਿ ਅੱਜ ਗੱਲ ਜੇ ਕਰੀਏ ਵੀ ਇੰਨੇ ਹਜ਼ਾਰ ਸੀ, ਉਹ ਕੋਈ ਗੱਲ ਹੀ ਨਹੀਂ ਰਹੀ ਗਈ, ਕੋਈ ਗਿਣਤੀ ਨਹੀਂ ਗਈ, ਪਤਾ ਨਹੀਂ ਕਿੰਨੇ ਹਜ਼ਾਰ ਬੰਦੇ ਆਏ, ਕਿੰਨੇ ਦੇਖ ਕੇ ਚਲੇ ਗਏ, ਕਿੰਨੇ ਇਸ ਵੇਲੇ ਬੈਠੇ ਨੇ। ਇਹ ਗੁਰੂ ਮਹਾਰਾਜ ਦੀ ਕਿਰਪਾ ਹੈ ਕਿ ਉਹਨਾਂ ਦੇ ਜਨਮ ਦਿਹਾੜੇ 'ਤੇ ਉਹਨਾਂ ਨੂੰ ਸਾਰੇ ਉਹਨਾਂ ਨੂੰ ਇਸ ਖੁਸ਼ੀ ਹੈ ਕਿ ਸਾਡੇ ਪਹਿਲੇ ਪਾਤਸ਼ਾਹ ਜੀ ਜਗਤ ਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਇਸ ਪ੍ਰਕਾਸ਼ ਉਤਸਵ 'ਤੇ ਇਹ ਜਿਹੜੀ ਕਬੱਡੀ ਜਿਹੜੀ ਇਹ ਖੇਡ ਇੰਟਰਨੈਸ਼ਨਲ ਇਹ ਅਸੀਂ ਇਹਦੀ ਆਯੋਜਨ ਕੀਤਾ ਇੱਥੇ, ਔਰ ਇੱਕ ਮੈਚ ਗੁਰੂ ਹਰ ਸਾਹਿਬ 'ਚ ਹੋਇਆ, ਬੜਾ ਕਾਮਯਾਬ ਮੈਚ ਹੋਇਆ, ਲੋਕਾਂ 'ਚ ਬੜਾ ਉਤਸ਼ਾਹ। ਔਰ ਜਿਹੜਾ ਆਖਿਰਲਾ ਮੈਚ ਹੈ 10 ਤਰੀਕ ਨੂੰ, ਉਹਦੀ ਪ੍ਰਧਾਨਗੀ ਮੁੱਖ ਮੰਤਰੀ ਜੀ ਟੀਮਾਂ ਖੇਡੀਆਂ ਨੇ ਜੀ, ਔਰ ਬੜੇ ਅੱਛੇ ਮੈਚ ਰਹੇ ਨੇ, ਬੜੇ ਹਿੰਮਤ ਵਾਲੇ ਲੜਕੇ ਨੇ, ਔਰ ਇਸ ਵੇਲੇ ਮੈਦਾਨ ਦੇ ਵਿੱਚ ਮੈਚ ਜਿਹੜਾ ਹੈਗਾ ਕੈਨੇਡਾ ਦਾ, ਦੂਜੀ ਟੀਮ ਜਿਹੜੀ ਹੈਗੀ ਉਹਨਾਂ ਦਾ ਹਾਂ ਨਿਊਜ਼ੀਲੈਂਡ ਦਾ, ਉਹਨਾਂ ਦਾ ਉਹ ਮੈਚ ਚੱਲ ਰਿਹਾ, ਔਰ ਦੇਖੋ ਹੁਣ ਕੈਨੇਡਾ ਜਿੱਦਾਂ ਕਿ ਨਿਊਜ਼ੀਲੈਂਡ ਜਿੱਦਾਂ। ਮੈਂ ਤਾਂ ਇਹੀ ਸੰਦੇਸ਼ ਦਿਆਂਗਾ ਜੀ, ਅੱਜ ਇਸ ਜਿਹੜਾ ਮਹਾਂ ਉਤਸਵ ਹੈ ਸਾਡਾ ਗੁਰੂ ਸਾਹਿਬ ਦਾ, ਉਹਨਾਂ ਨੇ ਇੱਕੋ ਹੀ ਗੱਲ ਕਹੀ ਹੈ ਕਿ ਨਾਮ ਜਪੋ, ਕਿਰਤ ਕਰੋ, ਵੰਡ ਕੇ ਛਕੋ, ਔਰ ਆਪਸ ਦਾ ਜਿਹੜਾ ਭਾਈਚਾਰਾ ਹੈਗਾ ਬ੍ਰਦਰਹੁੱਡ, ਉਹ ਸਾਰੇ ਪੰਜਾਬ 'ਚ ਨੇ, ਹਿੰਦੁਸਤਾਨ 'ਚ ਨੇ, ਸਾਰੇ ਦੁਨੀਆਂ 'ਚ ਜਿਹੜਾ ਹੈਗਾ ਸਿੱਖ ਧਰਮ ਨੇ, ਪੰਜਾਬੀ ਜਿਹਨਾਂ ਨੇ ਗੁਰੂ ਸਾਹਿਬ ਦਾ ਨਾਮ ਲਿਆ ਹੈ, ਚਾਹੇ ਉਹ ਕੋਈ ਵੀ ਕੌਮ ਹੈ, ਅੱਜ ਦੁਨੀਆਂ ਦੇ ਹਰ ਕੋਨੇ ਕੋਨੇ 'ਤੇ। ਮੈਂ ਇੰਗਲੈਂਡ ਗਿਆ ਸੀ ਕੈਪਟਨ ਸਾਹਿਬ ਦੇ ਨਾਲ, ਉੱਥੇ ਵੀ ਲੋਕਾਂ ਨੇ ਬਹੁਤ ਵੱਡਾ ਇਹ ਸਮਾਰੋਹ ਮਨਾਇਆ ਗਿਆ, ਔਰ ਹਰ ਪਾਸੇ ਗੁਰੂ ਮਹਾਰਾਜ ਦੀ ਜੋ ਬਾਣੀ ਹੈ ਸਾਨੂੰ ਅਤੇ ਜੋ ਦਰਸਾਏ ਹੋਏ ਮਾਰਗ ਨੇ ਉਹਨਾਂ ਦੇ ਚੱਲਣ 'ਤੇ ਮੈਂ ਨੌਜਵਾਨਾਂ ਨੂੰ ਕਹਾਂਗਾ, ਔਰ ਕਹਾਂਗਾ ਕਿ ਨਸ਼ਿਆਂ ਤੋਂ ਦੂਰ ਰਹਿਣ, ਖੇਡ ਦੇ ਮੈਦਾਨ 'ਚ ਆਉਣ, ਪੰਜਾਬ ਦਾ ਨਾਮ ਉੱਚਾ ਕਰਨ, ਪੰਜਾਬੀਆਂ ਦਾ ਨਾਮ ਉੱਚਾ ਕਰਨ। ਗੁਰੂਆਂ ਸਾਹਿਬਾਨ ਦੀ ਜੋ ਸਾਡੇ ਉਹ ਸਾਡੇ ਵਾਸਤੇ ਸਬਕ ਛੱਡ ਗਏ ਨੇ, ਉਹਨਾਂ 'ਤੇ ਅਸੀਂ ਉਹਨਾਂ ਦੇ ਪੂਰੇ ਪਾਇ 'ਤੇ ਚੱਲੀਏ। ਸੋ ਇਹੀ ਮੈਂ ਨੌਜਵਾਨਾਂ ਨੂੰ, ਪੰਜਾਬ ਦੇ ਨੌਜਵਾਨਾਂ ਨੂੰ ਬਿਲਕੁਲ ਇਹ ਸ਼ੁਰੂ ਜਿਹੜੀ ਸ਼ੁਰੂ ਹੋਈ ਹੈ, ਜਿਹੜੀ ਕਬੱਡੀ ਹੈ ਇਹ ਪੰਜਾਬ ਦੀ ਮਾਂ ਖੇਡ ਹੈ, ਔਰ ਅਸੀਂ ਹਮੇਸ਼ਾ ਇਹਦੀ ਕਦਰ ਕੀਤੀ ਹੈ, ਲੋਕਾਂ ਵਿੱਚ ਬੜਾ ਪਿਆਰ ਹੈ, ਔਰ ਲੋਕ ਬੜੇ ਚਾਅ ਦੇ ਨਾਲ ਜਿਹੜੇ ਇਸ ਖੇਡ ਨੂੰ ਦੇਖਣ ਆਉਂਦੇ।